ਵਿਨਾ ਅਲੀਸ਼ਾ ਦੇ 12ਵੇਂ ਜਨਮ ਦਿਨ ਤੇ ਉਸਦੇ ਮਾਪਿਆਂ ਨੇ ਜਨਮ ਦਿਨ ਨੂੰ ਘਰ ਵਿੱਚ ਮਨਾਉਣ ਦਾ ਫੈਸਲਾ ਕੀਤਾ। ਉਹ ਆਪਣੇ ਬੈਠਣ ਵਾਲੇ ਕਮਰੇ ਨੂੰ ਰੰਗਦਾਰ ਰਿਬਨ ਨਾਲ ਸਜਾਉਂਦੇ ਹਨ। ਉਹ 20 ਮੀਟਰ ਰਿਬਨ ਖਰੀਦੇ ਹਨ ਅਤੇ ਇਸ ਨੂੰ 6 5 ਮੀਟਰ ਦੇ ਛੋਟੇ ਟੁਕੜਿਆਂ ਵਿੱਚ ਵੰਡਦੇ ਹਨ। ਰਿਬਨ ਦੇ ਕਿੰਨੇ ਟੁਕੜੇ ਉਹ ਪ੍ਰਾਪਤ ਕਰਨਗੇ? ਰਿਬਨਾਂ ਦੀ ਗਿਣਤੀ ਜਾਣਨ ਲਈ ਉਹਨਾਂ ਨੂੰ 20 ਨੂੰ 5 ਨਾਲ ਭਾਗ ਕਰਨ छे नुना करने की जरूरत है जिस द्वारा रिबन दे टुकड़े प्राप्त किए जाते हैं इस अनुसारिबन चोकड़े मिले अलीशा अपने बहत्तर ट्रॉफिया वा रखती है हरेक दोस्त किन ट्रॉफिया मिलदिया करना सौखा है केवल बहत्तर अठ नो निश्चित तौर पर हरेक दोस्त नौ ट्रॉफिया मिलदिया हैं ਇੱਥੇ 72/8 5/6 ਭਿੰਨਾਂ ਨੂੰ ਦਰਸਾਉਂਦਾ ਹੈ। ਭਿੰਨ ਤੋਂ ਤੁਹਾਡਾ ਕੀ ਪਾਅ ਹੈ? ਇੱਕ ਪਿੰਨ ਇੱਕ ਪੂਰਨ ਅੰਕ ਦੇ ਇੱਕ ਹਿੱਸੇ ਨੂੰ ਦਰਸਾਉਂਦੀ ਹੈ ਜਾਂ ਆਮ ਤੌਰ ਤੇ ਕਈ ਬਰਾਬਰ ਦੇ ਪਾਗਾ ਨੂੰ ਦਰਸਾਉਂਦੀ ਹੈ। ਉਦਾਹਰਨ ਲਈ 5/8 ਇੱਕ ਭਾਗ ਹੈ। ਇੱਥੇ 5 ਬਹੁਤ ਸਾਰੇ ਬਰਾਬਰ ਹਿੱਸੇ ਹਨ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਹੈ। ਅਤੇ 8 ਬਹੁਤ ਸਾਰੇ ਬਰਾਬਰ ਦੇ ਭਾਗ ਹਨ ਜਿਨ੍ਹਾਂ ਤੋਂ ਸੰਪੂਰਨ ਸੰਖਿਆ ਨੂੰ ਵੰਡਿਆ ਗਿਆ ਹੈ ਅਸੀਂ 5 ਨੂੰ ਅੰਸ਼ ਕਹਿ ਸਕਦੇ ਹਾਂ ਅਤੇ 8 ਨੂੰ ਹਰ ਕਹਿ ਸਕਦੇ ਹਾਂ